ਸਤਿ ਸ਼੍ਰੀ ਅਕਾਲ ਵੀਰੋ, ਮੈਂ ਸੰਦੀਪ ਸਿੰਘ। ਅੱਜ ਪਹੁੰਚੇ ਹਾਂ ਜਗਜੀਤ ਗਰੁੱਪ ਚੀਮਾ ਮੰਡੀ। ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦਾ ਰੀਪਰ, ਜੋ ਕਿ ਤੂੜੀ ਮਸ਼ੀਨ ਆ, ਬਹੁਤ ਹੀ ਵਧੀਆ ਮੋਡੀਫਾਈ ਕਰਕੇ ਵੀਰਾਂ ਨੇ ਤਿਆਰ ਕੀਤਾ। ਆਪਾਂ ਇਹਦੀ ਜਾਣਕਾਰੀ ਆਪਾਂ ਜਿੰਦਵੀਰਾ ਇਹ ਤੋਂ ਲੈਂਦੇ ਹਾਂ। ਜਿੰਦਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਤਕਨੀਕੀਆਂ ਨਵੀਆਂ ਵਰਤੀਆਂ ਵੀਰੇ ਇਹਦੇ ਵਿੱਚ? ਬਾਈ ਜੀ, ਮੈਂ ਤੁਹਾਨੂੰ ਪਹਿਲਾਂ ਰੀਪਰ ਬਾਰੇ ਦੱਸਣਾ ਚਾਹੂੰਗਾ ਕਿ ਜਿਹੜਾ ਜਗਤਜੀਤ ਦਾ ਇੱਕ ਸਲੋਗਨ ਹੈ ਸਾਡਾ, ਮੇਕਿੰਗ ਫਾਰਮਰ ਸਟਰੋਂਗ। ਠੀਕ ਹੈ। ਤੋ ਫਾਰਮਰ ਨੂੰ ਸਟਰੋਂਗ ਬਣਾਉਣ ਦੇ ਲਈ ਜਿਸ ਤਰ੍ਹਾਂ ਆਪਣੇ ਕਿਸਾਨ ਨੇ ਜਿਹੜੇ ਉਹ ਸ਼ੌਂਕੀ ਹੋ ਗਏ ਨੇ, ਹਾਂਜੀ, ਜਿਸ ਤਰ੍ਹਾਂ ਤੁਸੀਂ ਟਰੈਕਟਰ ਵਗੈਰਾ ਦੇਖ ਰਹੇ ਹੋ, ਟਰੈਕਟਰ ਕਿਸਾਨਾਂ ਨੇ ਆਪਣੇ ਧੀਆਂ ਪੁੱਤਾਂ ਵਾਂਗੂ ਰੱਖੇ ਨੇ, ਬਹੁਤ ਸ਼ੌਂਕ ਨਾਲ ਰੱਖੇ ਨੇ। ਟਰੈਕਟਰ ਨੂੰ ਲੈ ਕੇ ਆਉਣ ਤੋਂ ਬਾਅਦ ਉਹਦੇ 'ਤੇ ਐਕਸਟਰਾ ਜਿਹੜੀ ਇਨਵੈਸਟਮੈਂਟ ਕਰਦੇ ਨੇ, ਉਹਨੂੰ ਖੂਬਸੂਰਤ ਬਣਾਉਣ ਦੇ ਲਈ ਉਸੇ ਲੜੀ ਨੂੰ ਜਾਰੀ ਰੱਖਦੇ ਹੋਏ ਅਸੀਂ ਜਿਹੜਾ ਇਹ ਐਡਵਾਂਸ ਰੀਪਰ ਇੱਕ ਲੈ ਕੇ ਆਉਂਦਾ ਗਾ। ਤੁਸੀਂ ਰੀਪਰ ਦੀ ਜਿਹੜੀ ਲੁੱਕ ਹੈ ਉਹ ਦੇਖ ਰਹੇ ਹੋ, ਬਿਲਕੁਲ ਇੱਕ ਗੱਡੀ ਵਾਂਗੂ ਰੀਪਰ ਬਣਾਇਆ ਗਾ, ਕਾਰ ਵਾਂਗੂ ਰੀਪਰ ਬਣਾਇਆ ਗਾ, ਤਾਂ ਕਿ ਕਿਸਾਨਾਂ ਦੇ ਸ਼ੌਂਕ ਵਿੱਚ ਜਿਹੜਾ ਇਹ ਸਾਡਾ ਰੀਪਰ ਹੈ ਇਹ ਵੀ ਸ਼ਾਮਿਲ ਹੋਵੇ। ਜਿਸ ਤਰ੍ਹਾਂ ਟਰੈਕਟਰ ਉਹ ਸਾਂਭ ਸੰਭਾਲ ਰੱਖਦੇ ਨੇ, ਰੀਪਰ ਵੀ ਉਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਸ਼ੌਂਕੀਆ ਲੜੀ ਦੇ ਵਿੱਚ ਸ਼ਾਮਿਲ ਹੋਊ, ਸ਼ਾਮਿਲ ਹੋਵੇ ਜੀ, ਕਿਉਂਕਿ ਸਾਂਭ ਸੰਭਾਲ ਜ਼ਰੂਰੀ ਆ ਜੀ। ਇਹਦੇ 'ਚ ਜੋ ਵੀਰੇ ਆਪਾਂ ਦੇਖ ਰਹੇ ਹਾਂ, ਮੰਨ ਲਓ ਵੀ ਆਹ ਚੀਜ਼ ਹੈ, ਸੀਲਡ ਆ ਜਾਂ? ਇਹ ਸਾਰਾ ਜੀ ਪ੍ਰੋਪਰ ਸ਼ੀਟ ਮੈਟਲ ਯੂਜ਼ ਕੀਤਾ ਗਿਆ ਇਹਦੇ ਵਿੱਚ। ਠੀਕ ਹੈ। ਤੇ ਹਾਰਡ ਹੈ, ਪੂਰਾ ਸਟਰੋਂਗ ਹੈ, ਇਹਦੇ ਵਿੱਚ ਕੋਈ ਇਦਾਂ ਚਾਲੂ ਜਿਹਾ ਕੰਮ ਨਹੀਂ ਕੀਤਾ ਜਿਵੇਂ ਆਪਾਂ ਪੰਜਾਬੀ 'ਚ ਕਹਿ ਲਈਏ, ਪੂਰਾ ਸਟਰੋਂਗ ਕੰਮ ਕੀਤਾ ਗਿਆ। ਜਿਹੜੇ ਇਹਦੇ ਕਬਜ਼ੇ ਵਗੈਰਾ ਨੇ ਸਾਰੇ ਉਹ ਇਨਸਾਈਡ ਕੀਤੇ ਨੇ, ਤਾਂ ਕਿ ਜਿਹੜੀ ਰੀਪਰ ਦੀ ਲੁੱਕ ਹੈ ਜਿਹੜੀ ਉਹ ਪੂਰੀ ਬਣੀ ਰਹੇ। ਇਹਦੇ ਵਿੱਚ ਜੇ ਆਪਾਂ ਇੱਥੇ ਕਬਜ਼ਾ ਲਾ ਦਈਏ ਤਾਂ ਉਹ ਆਪਾਂ ਨੂੰ ਔੜ ਲੱਗੂਗਾ, ਦੇਖਣ ਨੂੰ ਵੀ ਔੜ ਲੱਗੂਗਾ। ਜਦੋਂ ਆਪਾਂ ਇੰਨੀ ਮਿਹਨਤ ਕੀਤੀ ਆ ਤਾਂ ਸਾਡੀ R&D ਟੀਮ ਨੇ ਪੂਰੀ ਮਿਹਨਤ ਕਰਕੇ ਜਿਹੜੇ ਇਹਦੇ ਕਬਜ਼ੇ ਵਗੈਰਾ ਨੇ ਸਾਰੇ ਉਹਦੀ ਡਰਾਇੰਗ ਇਸ ਤਰ੍ਹਾਂ ਬਣਾਈ ਹੈ ਕਿ ਉਹ ਇਨਸਾਈਡ ਰਹਿਣ, ਇਨਸਾਈਡ ਰਹਿਣ ਨਾਲ ਦੂਸਰਾ ਉਹਨਾਂ ਦਾ ਇਹ ਵੀ ਹੈ ਕਿ ਉਹ ਧੂੜ ਮਿੱਟੀ ਨਹੀਂ ਲੱਗੂਗੀ, ਉਹਨਾਂ ਨੂੰ ਤਰੇਲ ਨਹੀਂ ਪਊਗੀ, ਜੰਗ ਨਹੀਂ ਲੱਗੂਗੀ, ਤਾਂ ਉਹ ਬਹੁਤ ਵਧੀਆ ਰਹੂਗਾ। ਵਧੀਆ ਰਹੂਗਾ, ਕਿਉਂਕਿ ਉਹ ਸਾਰਾ ਸਮਾਨ ਤੁਸੀਂ ਵੀਰੇ ਜਿਹੜਾ ਕਬਜ਼ੇ ਵਗੈਰਾ ਨੇ ਉਹ ਅੰਦਰ ਨੇ ਇਨਸਾਈਡ ਕਰਤੇ ਜੀ। ਜਿਸ ਤਰ੍ਹਾਂ ਇੱਕ ਗੱਡੀ ਦੀ ਆਪਾਂ ਡਿੱਗੀ ਖੋਲਦੇ ਹਾਂ, ਟਾਕੀ ਖੋਲਦੇ ਹਾਂ, ਉਸੇ ਤਰ੍ਹਾਂ ਇਹ ਸਿਰਫ ਇੱਕ ਸਿੰਗਲ ਲੌਕ ਨਾਲ ਓਪਨ ਹੋ ਜੂਗਾ। ਪੌਜ਼ ਕਰਿਓ ਵੀਰੇ, ਚਲੀ। ਜਿਸ ਤਰ੍ਹਾਂ ਆਪਾਂ ਇੱਕ ਗੱਡੀ ਦੀ ਇੱਕ ਡਿੱਗੀ ਖੋਲਦੇ ਹਾਂ, ਉਸੇ ਤਰ੍ਹਾਂ ਇਹ ਸਿਰਫ ਆਰਾਮ ਨਾਲ ਆਪਣੇ ਆਪ ਖੁੱਲ ਜੂਗੀ। ਠੀਕ ਹੈ ਜੀ। ਸਿਰਫ ਇਹ ਇੱਕ ਸਿੰਗਲ ਲੌਕ ਨਾਲ ਇਹਦਾ ਜਿਹੜਾ ਕੰਮ ਕੀਤਾ, ਦੂਸਰਾ ਇਹਦੇ ਵਿੱਚ ਇਹ ਅਸੀਂ ਨੇ ਮਕੈਨੀਕਲ ਵੀ ਦਿੱਤਾ ਨਾਲ, ਇਹ ਸਿੰਗਲ ਲੌਕ ਹੈ ਜਿਸ ਤੋਂ ਇਹ ਜਿਸ ਤਰ੍ਹਾਂ ਆਪਾਂ ਗੱਡੀ ਖੋਲਦੇ ਹਾਂ ਉਸੇ ਤਰ੍ਹਾਂ ਉਹੀ ਲੌਕ ਹੈ ਵੀਰੇ। ਹਾਂ, ਸੇਮ ਉਹੀ ਲੌਕ ਹੈ, ਉਸ ਤਰ੍ਹਾਂ ਖੁੱਲ ਜੂਗਾ। ਇਹਦੇ ਵਿੱਚ ਗੈਸ ਸਪ੍ਰਿੰਗ ਦਿੱਤਾ ਗਾ ਜਿਹੜਾ ਇਹਨੂੰ ਖੁੱਲ੍ਹਣ ਦੇ ਵਿੱਚ ਆਸਾਨੀ ਨਾਲ ਖੁੱਲ੍ਹ ਜੂਗਾ, ਅਤੇ ਇਹ ਮਕੈਨੀਕਲ ਨਾਲ ਜਿਹੜਾ ਇਹ ਤੁਹਾਡਾ ਲੌਂਗ ਟਾਈਮ ਤੁਹਾਡੇ ਨਾਲ ਚੱਲਦਾ ਰਹੂਗਾ। ਅੰਦਰੋਂ ਵੀ ਇਸਦੀ ਖੂਬਸੂਰਤੀ ਵਧੀਆ ਬਣਾਈ ਗਈ ਹੈ, ਪੂਰਾ ਮਜ਼ਬੂਤ ਹੈ। ਜਿੰਨਾ ਇਹਦੀ ਖੂਬਸੂਰਤੀ ਅਸੀਂ ਬਾਹਰੋਂ ਬਣਾਈ ਆ, ਉਨਾ ਹੀ ਇਹਨੂੰ ਅੰਦਰੋਂ ਵੀ ਖੂਬਸੂਰਤ ਬਣਾਇਆ ਅਤੇ ਮਜ਼ਬੂਤ ਬਣਾਇਆ। ਹਾਂਜੀ ਹਾਂਜੀ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਗੱਡੀ ਦੀ ਡਿੱਗੀ ਬੰਦ ਕਰ ਦਿੰਦੇ ਹਾਂ, ਆਸਾਨੀ ਨਾਲ ਬੰਦਾ ਓਕ ਨਹੀਂ ਬੰਦ ਹੋ ਬੰਦ ਹੋ ਜੂਗਾ ਜੀ। ਅਤੇ ਬਾਕੀ ਵੀਰੇ ਕੁਛ ਪਿੱਛੋਂ ਵੀ ਜੇ ਆਪਾਂ ਬੈਕ ਸਾਈਡ ਦੀ ਗੱਲ ਕਰੀਏ, ਬੈਕ ਸਾਈਡ ਵੀ ਅਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹਨੂੰ ਅਸੀਂ ਨੇ ਲੁੱਕ ਦੇਣੀ ਚਾਹੀਏ ਕਿ ਜਿਹੜਾ ਕਿਸਾਨ ਹੈ ਉਸਦੀ ਇਹ ਸ਼ੌਂਕੀਆ ਲਿਸਟ ਦੇ ਵਿੱਚ ਰੀਪਰ ਸ਼ਾਮਿਲ ਹੋਵੇ। ਪਿੱਛੋਂ ਵੀ ਇਹਨੂੰ ਬਿਲਕੁਲ ਇੱਕ ਗੱਡੀ ਵਾਂਗੂ ਅਸੀਂ ਬਣਾਇਆ ਗਾ। ਠੀਕ ਹੈ ਵੀਰੇ। ਅਤੇ ਉਹ ਦੇਖਣ ਨੂੰ ਸੋਹਣਾ ਲੱਗਦਾ ਬਹੁਤ ਜੀ, ਦੇਖਣ ਨੂੰ ਸੋਹਣਾ ਲੱਗਦਾ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਡਿੱਗੀ ਖੋਲਦੇ ਹਾਂ, ਇੱਕ ਸਿੰਗਲ ਲੌਕ ਦੇ ਨਾਲ ਇਹ ਖੁੱਲ ਜੂਗਾ। ਠੀਕ ਹੈ। ਪਿੱਛੋਂ ਜਿਹੜੇ ਇਹਦੇ ਟੂਲ ਬਾਕਸ ਵਗੈਰਾ ਨੇ ਉਹ ਸਾਰੇ ਇਨਸਾਈਡ ਕਰਤੇ ਨੇ, ਠੀਕ ਹੈ, ਤਾਂ ਕਿ ਜਿਹੜੇ ਇਹ ਟੂਲ ਬਾਕਸ ਇਹ ਜੇ ਬਾਹਰ ਰੱਖਦੇ ਤਾਂ ਇਹਦੀ ਫਿਰ ਲੁੱਕ ਦੇ ਵਿੱਚ ਪ੍ਰੋਬਲਮ ਆਉਣੀ ਸੀ। ਔਰ ਦੂਸਰਾ ਜਿਹੜੇ ਤੁਹਾਡੇ ਬੇਰਿੰਗ ਵਗੈਰਾ ਨੇ, ਤੁਹਾਡੇ ਜਿਹੜੇ ਟੂਲਸ ਨੇ ਉਹ ਅੰਦਰ ਸੁਰੱਖਿਅਤ ਰਹਿਣਗੇ, ਉਹਨੂੰ ਧੂਲ ਮਿੱਟੀ ਨਾਲ ਜਾਂ ਆਪਣੀ ਤਰੇਲ ਨਾਲ ਉਹਨਾਂ ਨੂੰ ਜੰਗ ਵਗੈਰਾ ਜਾਂ ਕੋਈ ਹੋਰ ਨੁਕਸਾਨ ਨਹੀਂ ਹੋਊਗਾ। ਅਤੇ ਇਸ ਨੂੰ ਟੂਲ ਨੂੰ ਤੁਸੀਂ ਬਾਹਰ ਵੀ ਕੱਢ ਸਕਦੇ ਹੋ, ਬਾਹਰ ਕੋਈ ਕੰਮ ਕਰਨਾ, ਟੂਲ ਦੇ ਜਿਹੜੇ ਤੁਹਾਡੇ ਟੂਲਸ ਹੋਣਗੇ ਤੁਸੀਂ ਉਹਨਾਂ ਨਾਲ ਕੰਮ ਕਰਕੇ ਦੁਬਾਰਾ ਇਹਨੂੰ ਅੰਦਰ ਉਸੇ ਤਰ੍ਹਾਂ ਰੱਖ ਸਕਦੇ ਹੋ। ਦੋ ਤੋਂ ਤੁਸੀਂ ਦੇਖ ਸਕਦੇ ਹੋ ਵੀ ਟੂਲ ਹੈ ਜਿਹੜੇ ਉਹ ਇਹਦੇ ਅੰਦਰ ਨੇ, ਉਹਨਾਂ ਨੂੰ ਆਪਾਂ ਬਾਹਰ ਵੀ ਕੱਢ ਸਕਦੇ ਹੋ, ਉਸੇ ਤਰ੍ਹਾਂ ਇਹ ਆਸਾਨੀ ਨਾਲ ਬੰਦ ਹੋ ਜਾਊਗਾ। ਹਾਂਜੀ। ਇਸ ਨੂੰ ਇਸ ਦੀ ਲੁੱਕ ਵਧੀਆ ਬਣਾਉਣ ਲਈ ਅਸੀਂ ਨੇ ਜਿਹੜਾ ਇਹਦੀ ਹੁੱਕ ਹੈ ਇਸ ਦੇ ਵਿੱਚ ਵੀ ਥੋੜ੍ਹਾ ਚੇਂਜ ਕੀਤਾ, ਅਸੀਂ ਇਸ ਦਾ ਏਰੀਆ ਵਧਾ ਦਿੱਤਾ ਹੈ। ਹਾਂ, ਪਹਿਲਾਂ ਨਾਲੋਂ ਚੇਂਜ ਹੈ ਵੀਰੇ। ਪਹਿਲਾਂ ਨਾਲੋਂ ਚੇਂਜ ਆ, ਪਹਿਲਾਂ ਇੱਕ ਸਿੰਪਲ ਹੁੱਕ ਲੱਗੀ ਹੁੰਦੀ ਸੀ, ਛੋਟੀ ਹੁੱਕ ਹੁੰਦੀ ਸੀ, ਅਤੇ ਉਸ ਦੇ ਨਾਲ ਕੀ ਸੀਗਾ ਜਦੋਂ ਆਪਾਂ ਟਰਾਲੀ ਦੇ ਵਿੱਚ 15-20 ਮਿੰਟ ਬਾਅਦ ਟਰਾਲੀ ਬਦਲਣੀ ਪੈਂਦੀ ਆ, ਟੋ ਐਂਡ ਟੋ ਕਰਨੀ ਪੈਂਦੀ ਆ, ਤਾਂ ਇਹਦਾ ਏਰੀਆ ਵੱਧ ਗਿਆ। ਡਰਾਈਵਰ ਨੂੰ ਕੁਛ ਅੱਗੋਂ ਦਿਖਾਈ ਨਹੀਂ ਦਿੰਦਾ ਅਤੇ ਟਰਾਲੀ ਇੱਥੇ ਆ ਕੇ ਵੀ ਲੱਗਦੀ ਹੈ ਜਾਂ ਇੱਧਰ ਵੀ ਲੱਗਦੀ ਆ, ਉਹ ਆਟੋਮੈਟਿਕ ਇਹਦੇ ਵਿੱਚ ਐਡਜਸਟ ਹੋ ਜਾਊਗੀ, ਪਿੰਨ ਪੈ ਜਾਊਗਾ, ਕਿਉਂਕਿ ਬਾਕੀ ਨਹੀਂ ਇਹਦੇ 'ਚ ਜੇ ਟਰਾਲੀ ਵੱਜਦੀ ਆ ਤਾਂ ਫਿਰ ਥੋੜ੍ਹਾ ਮੋਟਾ ਆ ਨੁਕਸਾਨ ਹੁੰਦਾ ਰਹਿੰਦਾ। ਬਾਕੀ ਅਸੀਂ ਇਸ ਦੇ ਵਿੱਚ ਹੋਰ ਵੀ ਇਹਦੇ ਵਿੱਚ ਵਰਕਿੰਗ ਕੀਤੀ ਆ, ਕਿਉਂਕਿ ਜਦੋਂ ਅਸੀਂ ਇੰਨਾ ਸੋਹਣਾ ਰੀਪਰ ਬਣਾਇਆ ਗਾ ਤਾਂ ਜੇ ਕੋਈ ਮਿਸਹੈਪਨਿੰਗ ਹੁੰਦੀ ਆ, ਟਰਾਲੀ ਇਸ ਜਗ੍ਹਾ ਆ ਕੇ ਲੱਗਦੀ ਆ ਜਾਂ ਇਸ ਜਗ੍ਹਾ ਆ ਕੇ ਲੱਗਦੀ ਆ, ਜਿਹੜਾ ਨੀਚੇ ਇਹ ਅਸੀਂ ਨੇ ਬੰਪਰ ਦਿੱਤਾ ਗਾ, ਹਾਂਜੀ, ਇਹ 8 mm ਦੀ ਸ਼ੀਟ ਤੋਂ, ਹਾਰਡ ਸ਼ੀਟ 'ਚੋਂ ਬਣਾਇਆ ਗਿਆ ਹੈਗਾ, ਤਾਂ ਕਿ ਜੇ ਥੋੜ੍ਹਾ ਬਹੁਤ ਇਹਦੇ ਨਾਲ ਟੱਚਿੰਗ ਹੁੰਦੀ ਆ ਤਾਂ ਕੋਈ ਇਹਦੀ ਜਿਹੜੀ ਖੂਬਸੂਰਤੀ ਆ ਉਹ ਖਰਾਬ ਨਾ ਹੋਵੇ, ਉਸੇ ਤਰ੍ਹਾਂ ਬਣੀ ਰਹੇ। ਠੀਕ ਹੈ।
ਬਾਕੀ ਵੀਰੇ ਜੋ ਇਧਰੋਂ ਤਾਂ ਉਹ ਸੇਮ ਹੀ ਆ, ਸੇਮ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਸ ਸਾਈਡ ਇਸ ਦੀ ਇਹ ਖੁੱਲਦਾ ਹੈਗਾ ਜੀ, ਪਰ ਉਸੇ ਤਰ੍ਹਾਂ ਹੀ ਇਸ ਦੇ ਵਿੱਚ ਗੈਸ ਸਪਰਿੰਗ ਔਰ ਮਕੈਨੀਕਲ ਦਿੱਤਾ ਗਿਆ, ਉਸੇ ਤਰ੍ਹਾਂ ਖੁੱਲਦਾ। ਇਸ ਨੂੰ ਤੁਸੀਂ ਖੋਲ ਕੇ ਅੰਦਰੋਂ ਸਫਾਈ ਵਗੈਰਾ ਆਪਣੀ ਬੈਲਟ ਵਗੈਰਾ ਗ੍ਰੀਸਿੰਗ ਵਗੈਰਾ ਕਰ ਸਕਦੇ ਆਸਾਨੀ ਨਾਲ ਕਰ ਸਕਦੇ। ਆ ਵੀ ਵੀਰੇ ਪੂਰਾ ਕਵਰ ਕਰ ਦਿੱਤਾ, ਇਸ ਨੂੰ ਵੀ ਪੂਰਾ ਕਵਰ ਦਿੱਤਾ। ਇਸ ਦੇ ਵਿੱਚ ਅਸੀਂ ਇੱਕ ਨਵਾਂ ਮੈਕਨਿਜ਼ਮ ਲੈ ਕੇ ਆਂਦਾਗਾ, ਜਿਹੜਾ ਪਹਿਲਾਂ ਕੰਬਾਈਨ ਦੇ ਵਿੱਚ ਯੂਜ਼ ਹੁੰਦਾ ਸੀ, ਹੈਵਲ ਸ਼ਾਫਟ ਕੰਬਾਈਨ ਦੇ ਵਿੱਚ ਯੂਜ਼ ਹੁੰਦੀ ਸੀ। ਠੀਕ ਹੈ ਵੀਰੇ, ਉਹ ਜਗਤਜੀਤ ਨੇ ਪਹਿਲੀ ਵਾਰ ਰੀਪਰ ਦੇ ਵਿੱਚ ਯੂਜ਼ ਕੀਤੀ ਹੈ। ਠੀਕ ਹੈ ਜੀ, ਪਹਿਲਾਂ ਜਿਹੜਾ ਰੀਪਰ ਦਾ ਮੈਕਨਿਜ਼ਮ ਹੁੰਦਾ ਸੀ ਉਸ ਦੇ ਵਿੱਚ ਬੈਲ ਕ੍ਰੈਂਕ ਕੰਮ ਕਰਦੀ ਸੀ। ਹਾਂ, ਬੈਲ ਕ੍ਰੈਂਕ ਕੰਮ ਕਰਦੀ ਸੀ। ਬੈਲ ਕ੍ਰੈਂਕ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਸੀਗੀਆਂ, ਉਸ ਦਾ ਵੇਅਰਿੰਗ ਹੁੰਦਾ ਸੀ ਜਾਂ ਉਹ ਟੁੱਟਣ ਦੀ ਪ੍ਰੋਬਲਮ ਆਉਂਦੀ ਸੀ, ਜਾਂ ਬੈਲ ਕ੍ਰੈਂਕ ਵੀ ਜਦੋਂ ਨੀਚੇ ਚੱਲਦੀ ਆ ਉਹਦੇ ਵਿੱਚ ਮਿੱਟੀ ਧੂੜ ਮਿੱਟੀ ਫਸਣ ਨਾਲ ਬੇਅਰਿੰਗ ਖਰਾਬ ਹੁੰਦਾ ਸੀ ਜਾਂ ਬੈਲ ਕ੍ਰੈਂਕ ਵੀ ਟੁੱਟ ਜਾਂਦਾ ਸੀ, ਜ਼ਿਆਦਾ ਖਰਾਬ ਹੋ ਜਾਂਦਾ ਸੀ ਜੀ। ਉਸੇ ਕਰਕੇ ਅਸੀਂ ਜਿਹੜੀ ਹੈਵਲ ਸ਼ਾਫਟ ਹੈ ਉਹ ਯੂਜ਼ ਕੀਤੀ ਹੈ ਇਸ ਦੇ ਵਿੱਚ, ਜਿਸਦੀ ਜਿਹੜੀ ਮੈਂਟੇਨੈਂਸ ਉਹ ਬਿਲਕੁਲ ਜ਼ੀਰੋ ਹੈ। ਜਗਜੀਤ ਪਹਿਲੀ ਵਾਰ ਜਿਹੜੀ ਹੈਵਲ ਸ਼ਾਫਟ ਹੈ ਕੰਬਾਈਨ ਦਾ ਮੈਕਨਿਜ਼ਮ ਹੈ ਉਹਨੂੰ ਸਟੋਰ ਰੀਪਰ ਦੇ ਵਿੱਚ ਲੈ ਕੇ ਆਏ। ਆ ਵੀ ਵੀਰੇ ਪੂਰੇ ਬਾਕੀ ਵੀਰੇ ਜਿਹੜੀ ਇਹਦੀ ਹਿੱਚ ਆ ਇਹਦੇ ਬਾਰੇ ਵੀ ਸਾਨੂੰ ਦੱਸੋ ਤੁਸੀਂ, ਬੈਲਡਿੰਗ ਵਗੈਰਾ। ਇਹ ਹਿੱਚ ਹੈ ਜਿਹੜੀ ਇਹ ਜਗਜੀਤ ਜਿਹੜੀ ਮੇਕਿੰਗ ਫਾਰਮਰ ਸਟਰੋਂਗ ਦਾ ਜਿਹੜਾ ਅਸੀਂ ਸਲੋਗਨ ਲੈ ਕੇ ਚੱਲੇ ਹਾਂ ਉਸ ਨੂੰ ਅਸੀਂ ਬਰਕਰਾਰ ਰੱਖਦੇ ਹੋਏ, ਇੱਕ ਤਾਂ ਹਿੱਚ ਦੀ ਜਿਹੜੀ ਖੂਬਸੂਰਤੀ ਬਣਾਉਣ ਵਾਸਤੇ, ਦੂਸਰਾ ਇਹਨੂੰ ਮਜ਼ਬੂਤ ਬਣਾਉਣ ਵਾਸਤੇ। ਠੀਕ ਹੈ ਵੀਰੇ, ਜਿੱਦਾਂ ਪਹਿਲਾਂ ਨੋਰਮਲ ਹਿੱਚ ਚੱਲਦੀ ਸੀ, ਦੋ ਪਹਿਲਾਂ ਵਾਲੀ ਹਿੱਚ ਚੱਲਦੀ ਸੀ, ਜੇ ਮਤਲਬ ਕਿ ਆਪਾਂ ਸਿੰਪਲ ਕੰਮ ਕਰਨਾ ਹੁੰਦਾ ਉਸਦੇ ਉੱਪਰ ਸ਼ੀਟ ਮੈਟਲ ਲਾ ਕੇ ਇਸਦਾ ਡਿਜ਼ਾਇਨ ਚੇਂਜ ਕਰ ਲੈਂਦੇ ਹਾਂ, ਬਟ ਨਹੀਂ, ਜਗਤ ਜੀ ਜਿਹੜਾ ਕੰਮ ਕਰਦੀ ਹੈ ਇਸ ਨੂੰ ਅਸੀਂ ਨੇ ਬੈਲਡਿੰਗ ਲੈਸ ਬਣਾਇਆ। ਸ਼ੁਰੂ ਤੋਂ ਲੈ ਕੇ ਤੁਸੀਂ ਇੱਥੇ ਤੱਕ ਦੇਖ ਰਹੇ ਹੋ, ਇੱਕ ਸਿੰਗਲ ਸ਼ੀਟ ਤੋਂ ਇਹਨੂੰ ਬੈਂਡ ਪਾ ਕੇ ਬਹੁਤ ਵਧੀਆ ਮਜ਼ਬੂਤ ਬਣਾਇਆ ਗਿਆ, ਤਾਂ ਕਿ ਜਿੰਨਾ ਚਿਰ ਰੀਪਰ ਚੱਲੂਗਾ ਉਨਾ ਚਿਰ ਇਹਦੀ ਲਾਈਫ ਰਹੂਗੀ। ਇਹਦੇ ਵਿੱਚ ਕੋਈ ਬੈਲਡਿੰਗ ਨਹੀਂ ਹੈਗਾ ਅਤੇ ਇਹ ਲੌਂਗ ਟਾਈਮ ਕਿਸਾਨ ਦਾ ਨਾਲ ਰਹੂਗਾ, ਕਿਉਂਕਿ ਜੇ ਬੈਲਡਿੰਗ ਵਗੈਰਾ ਵੀਰੇ ਕਰਦੇ ਹਾਂ ਤਾਂ ਸਾਲ ਦੋ ਸਾਲਾਂ ਬਾਅਦ ਥੋੜ੍ਹੇ ਟਾਈਮ ਬੈਲਡਿੰਗ ਜੀ, ਬੈਲਡਿੰਗ ਸ਼ੀਟ ਨੂੰ ਜਿਹੜਾ ਉਹ ਵੀਕ ਕਰ ਦਿੰਦੀ ਹੈਗੀ, ਅਤੇ ਉਹਦੇ ਨਾਲ ਟਾਈਮ ਪਾ ਕੇ ਚਲੋ 2-3 ਸਾਲ ਬਾਅਦ ਥੋੜ੍ਹਾ ਉਹ ਬੈਲਡਿੰਗ ਦੀ ਕ੍ਰੈਕਿੰਗ ਹੋ ਜਾਂਦੀ ਹੈ। ਸੋਹਣਾ ਪਾਣਾ ਵੀਰੇ ਉਹ ਵੀ ਨਹੀਂ ਪੂਰਾ ਜੀ, ਮਜ਼ਬੂਤੀ ਔਰ ਜਿਹੜੀ ਦੀ ਖੂਬਸੂਰਤੀ ਆ ਉਹ ਬੈਲਡਿੰਗ ਨਾਲ ਉਨੀ ਨਹੀਂ ਆਊਗੀ ਜਿੰਨੀ ਇਹਦੇ ਵਿੱਚ ਜੁਆਇੰਟ ਲੈਸ ਹੈ ਔਰ ਬੈਲਡਿੰਗ ਲੈਸ ਹੈ। ਬਾਕੀ ਵੀਰੇ ਸਾਨੂੰ ਇਹਦੇ ਗੇਅਰ ਬਾਰੇ ਦੱਸੋ, ਜਿਹੜੀਆਂ ਆਪਾਂ ਨੂੰ ਆ ਤਿੰਨ ਜਿਹੜਾ ਇਹ ਗੇਅਰ ਹੈ ਜੀ, ਇਹ ਜਗਜੀਤ ਦਾ ਪੇਟੈਂਟ ਹੈ। ਜਗਜੀਤ ਨੇ ਇਸ ਦੇ ਉੱਪਰ ਕੰਮ ਕਰਕੇ ਜਿਹੜੇ ਆਰ ਪੀ ਐਮ ਪਹਿਲਾਂ ਬਦਲਣੇ ਪੈਂਦੇ ਸੀਗੇ, ਜਦੋਂ ਟਰੈਕਟਰ ਆਪਾਂ ਚੇਂਜ ਕਰਦੇ ਸੀ ਤਾਂ ਆਪਾਂ ਨੂੰ ਪਿੱਛੋਂ ਆਰ ਪੀ ਐਮ ਮੈਚ ਕਰਨ ਵਾਸਤੇ ਵੀ ਪੂਰੀਆਂ ਚੇਂਜ ਕਰਨੀਆਂ ਪੈਂਦੀਆਂ ਸੀ। ਤਾਂ ਤੁਸੀਂ ਜਾਣਦੇ ਹੋ ਕਿ ਅਲੱਗ ਅਲੱਗ ਟਰੈਕਟਰ ਦੇ ਜਿਹੜੇ ਆਰ ਪੀ ਐਮ ਨੇ ਉਹ ਅਲੱਗ ਅਲੱਗ ਨੇ, ਜਿਸ ਤਰ੍ਹਾਂ ਸਵਰਾਜ ਦੇ ਅਲੱਗ ਨੇ, ਨਿਊ ਹੋਲੈਂਡ ਦੇ ਅਲੱਗ ਨੇ, ਜੌਂਡੀਅਰ ਦੇ ਅਲੱਗ ਨੇ। ਅਸੀਂ ਉਹ ਝੰਜਟ ਨੂੰ ਮੁਕਾਉਣ ਵਾਸਤੇ ਸਾਰਾ ਜਿਹੜਾ ਮਕੈਨਿਜ਼ਮ ਹੈ ਇੱਥੇ ਲਿਆ ਕੇ ਛੱਡ ਦਿੱਤਾ, ਪੁਲੀਆਂ ਦਾ ਕੰਮ ਖਤਮ ਕਰ ਦਿੱਤਾ। ਇਹਦੇ ਵਿੱਚ ਪੁਲੀਆਂ ਪਾਈਆਂ ਹੋਈਆਂ ਨੇ, ਤੁਸੀਂ ਸਿਰਫ ਪੀ ਟੀ ਓ ਲਾਉਣੀ ਆ ਅਲੱਗ ਅਲੱਗ ਟਰੈਕਟਰ ਦੇ। ਇੱਥੇ ਇਸਨੇ ਅਲੱਗ ਆਰ ਪੀ ਐਮ ਦੇਣੇ ਨੇ, ਇਸ ਜਗ੍ਹਾ ਅਲੱਗ ਦੇਣੇ ਨੇ, ਇਸ ਜਗ੍ਹਾ ਅਲੱਗ ਦੇਣੇ ਨੇ। ਟਰੈਕਟਰ ਦੇ ਹਿਸਾਬ ਨਾਲ ਤੁਸੀਂ ਸਿਰਫ ਇਹਦੇ ਵਿੱਚ ਪੀ ਟੀ ਓ ਬਦਲਣੀ ਹੈ, ਪੀ ਟੀ ਓ ਬਦਲ ਕੇ ਜਿਹੜੇ ਤੁਹਾਡੇ ਟਰੈਕਟਰ ਔਰ ਰੀਪਰ ਦੇ ਜਿਹੜੇ ਆਰ ਪੀ ਐਮ ਨੇ ਉਹ ਮੈਚ ਹੋ ਜਾਣਗੇ। ਬਾਕੀ ਵੀਰੇ ਸਾਨੂੰ ਤੁਸੀਂ ਜੋ ਇਹਦਾ ਗੈਪ ਡਰਾਮਾ ਉਹਦੇ ਬਾਰੇ ਵੀ ਦੱਸੋ, ਕੁਛ ਅੰਦਰ ਕੁਛ ਫਰਕ ਪਾਇਆ ਜਾਂ ਪਹਿਲਾਂ ਵਾਂਗੇ ਜੀ? ਜਿਹੜਾ ਅਸੀਂ ਮੇਨ ਜਗਜੀਤ ਨੇ ਇੱਕ ਹੋਰ ਕੰਮ ਕੀਤਾ, ਰੀਪਰ ਨਵਾਂ ਲਾਂਚ ਕਰਨ ਦੇ ਨਾਲ ਨਾਲ ਅਸੀਂ ਇੱਕ ਥਰੈਸ਼ਰ ਵੀ ਨਵਾਂ ਲਾਂਚ ਕੀਤਾ ਗਾ। ਠੀਕ ਹੈ, ਜਿਹੜਾ ਸਾਡਾ ਥਰੈਸ਼ਰ ਹੈ ਉਹ 0 ਰਨ ਆਊਟ 'ਤੇ ਹੈ, ਲੈਸ ਬੈਲਡਿੰਗ 'ਤੇ ਉਸਨੂੰ ਵੀ ਅਸੀਂ ਬਣਾਇਆ ਗਾ। ਉਸਨੂੰ ਅਸੀਂ ਸੀ ਐੱਨ ਸੀ ਮਸ਼ੀਨ ਦੇ ਰਾਹੀਂ, ਜਿਹੜਾ ਉਹ ਸੀ ਐੱਨ ਸੀ ਟੈਕਨੋਲੋਜੀ ਦੇ ਰਾਹੀਂ ਕੱਟ ਕੇ ਮਤਲਬ ਕਿ ਪੂਰਾ ਬਣਾਇਆ, ਉਹ ਸਾਡਾ ਪੇਟੈਂਟ ਹੈ। ਠੀਕ ਹੈ, ਅਸੀਂ ਨਵਾਂ ਥਰੈਸ਼ਰ ਵੀ ਇੱਕ ਲਾਂਚ ਕੀਤਾ ਜਿਹੜਾ ਲੈਸ ਬੈਲਡਿੰਗ ਨਾਲ ਹੋਊਗਾ, ਅਤੇ ਉਹਦੀ ਜਿਹੜੀ ਕੰਮ ਕਰਨ ਦੀ ਸ਼ਮਤਾ ਗੀ ਉਹ ਪਹਿਲਾਂ ਨਾਲੋਂ ਜ਼ਿਆਦਾ ਹੋਊਗੀ। ਜਿਸ ਤਰ੍ਹਾਂ ਪਹਿਲਾਂ ਬੁਸ਼ ਕੰਮ ਕਰਦੇ ਸੀਗੇ ਥਰੈਸ਼ਰ ਦੇ ਵਿੱਚ, ਬੁਸ਼ ਟੁੱਟ ਵੀ ਜਾਂਦੇ ਸੀਗੇ, ਟੁੱਟਣ ਨਾਲ ਉਹ ਅੰਦਰ ਨੁਕਸਾਨ ਬਲੇਡਸ ਦਾ ਵੀ ਕਰਦੇ ਸੀ। ਜਗਜੀਤ ਨੇ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਨਵਾਂ ਥਰੈਸ਼ਰ ਜਿਹੜਾ ਲਾਂਚ ਕੀਤਾ ਗਾ, ਉਸਦੇ ਵਿੱਚ ਲੈਸ ਬੈਲਡਿੰਗ ਹੈ, ਬੁਸ਼ ਉਹਦੇ ਵਿੱਚ ਅਸੀਂ ਨੇ ਖਤਮ ਕਰ ਦਿੱਤੇ ਨੇ, ਬੁਸ਼ ਟੁੱਟਣ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੋਲਵ ਹੋ ਜੂਗੀ, ਔਰ ਜਿਹੜਾ ਇਹਦੀ ਕੰਮ ਕਰਨ ਦੀ ਸ਼ਮਤਾ ਵੀ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਹੋਊਗੀ, ਇਹ ਜ਼ਿਆਦਾ ਪ੍ਰੋਪਰ ਕੰਮ ਕਰੂਗਾ। ਠੀਕ ਹੈ ਵੀਰੇ ਜੀ, ਠੀਕ ਆ, ਜੋ ਕਿ ਜੋ ਪਹਿਲਾਂ ਨਾਲੋਂ ਕੰਮ ਆ ਉਹ ਜ਼ਿਆਦਾ ਪਹਿਲਾਂ ਨਾਲੋਂ ਕੰਮ ਵੀ ਫਾਸਟ ਜ਼ਿਆਦਾ ਹੋਊਗਾ, ਔਰ ਜਿਹੜੀ ਮੈਂਟੇਨੈਂਸ ਹੈ ਜਾਂ ਇਹਦੀ ਡੈਮੇਜ ਹੈ ਉਹ ਵੀ 0 ਹੋਊਗੀ। ਠੀਕ, ਇਹ 0 ਰਨ ਆਊਟ 'ਤੇ ਕੰਮ ਕਰੂਗਾ, ਕੋਈ ਰੀਪਰ ਦੇ ਵਿੱਚ ਵਾਈਬ੍ਰੇਸ਼ਨ ਨਹੀਂ ਰਹੂਗੀ, ਬਿਲਕੁਲ ਪ੍ਰੋਪਰ ਵਰਕ ਕਰੂਗਾ, ਪਹਿਲਾਂ ਨਾਲੋਂ ਸਪੀਡ ਵੀ ਜ਼ਿਆਦਾ ਰਹੂਗੀ। ਸਪੀਡ ਵੀ ਜ਼ਿਆਦਾ ਜੀ। ਬਾਕੀ ਵੀਰੇ ਇਹਦੇ 'ਚ ਵੀ ਫਰਕ ਪਾਇਆ ਲੱਗਦਾ ਹੈ ਨਾ ਜੀ, ਜਿਹੜਾ ਤੂੜੀ ਵਾਲਾ ਜਿਹੜਾ ਪਹਿਲਾਂ ਜਿਹੜਾ ਐਗਜ਼ੌਸਟ ਪਾਈਪ ਦਾ ਬੈਂਡ ਸੀਗਾ ਉਹ ਰਾਊਂਡ ਸ਼ੇਪ ਦੇ ਵਿੱਚ ਰਹਿੰਦਾ ਸੀਗਾ, ਗੋਲ ਰਹਿੰਦਾ ਸੀਗਾ, ਗੋਲ ਰਹਿੰਦਾ ਸੀ ਬਾਈ। ਹਾਂ, ਅਸੀਂ ਨੇ ਹੁਣ ਇਸ ਨੂੰ ਸਕੁਅਰ ਤੇ ਲੈ ਕੇ ਆਂਦਾਗਾ, ਕਿਉਂਕਿ ਪਹਿਲਾਂ ਜਿਹੜੀ ਪ੍ਰੋਬਲਮ ਇੱਕ ਆਉਂਦੀ ਸੀਗੀ ਰਾਊਂਡ ਦੇ ਨਾ, ਉਹਦਾ ਜਿਹੜਾ ਪ੍ਰੈਸ਼ਰ ਸੀਗਾ ਸਟ੍ਰੋ ਦਾ, ਜਦੋਂ ਇਹਦੇ ਵਿੱਚੋਂ ਤੂੜੀ ਨਿਕਲਦੀ ਆ ਇੱਕ ਜਗ੍ਹਾ ਤੇ ਜ਼ਿਆਦਾ ਰਹਿੰਦਾ ਸੀਗਾ, ਤੋ 2 ਸੀਜ਼ਨ ਤੋਂ ਬਾਅਦ ਜਾਂ 3 ਸੀਜ਼ਨ ਜਾ ਕੇ ਉਹ ਜਦੋਂ ਇੱਕ ਜਗ੍ਹਾ ਤੇ ਪ੍ਰੈਸ਼ਰ ਪਈ ਜਾਣਾ ਤਾਂ ਉਹਦੇ ਵਿੱਚ ਮੋਰੀ ਹੋ ਜਾਂਦੀ ਸੀ। ਮੋਰੀ ਹੋਣ ਦੇ ਨਾਲ ਫਿਰ ਕਿਸਾਨ ਨੂੰ ਇਹਦੇ 'ਤੇ ਟੱਚ ਅਪ ਕਰਵਾਉਣਾ ਪੈਂਦਾ।
उस तो बंड के जो स्ट्रॉ है जी अपनी तूड़ी है वह निकल जाए तो यह ज़्यादा लंबा समा चलूगा। ਪ੍ਰੈਸ਼ਰ ਘੱਟ ਪੈਣ ਨਾਲ ਇਹਦਾ ਜਿਹੜਾ ਲਾਈਫ ਟਾਈਮ ਆ ਉਹ ਜ਼ਿਆਦਾ ਹੋ ਗਿਆ ਜੀ। ਹਾਂਜੀ ਦੋਸਤੋ, ਇਸ ਰੀਪਰ ਬਾਰੇ ਸਾਰੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦਿਓ ਅਤੇ ਬਾਕੀ ਜੋ ਰੀਪਰ ਬਾਰੇ ਆਪਾਂ ਨੂੰ ਦੱਸਣਾ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇੱਕ ਹੋਰ ਗੱਲ ਆ, ਵੀਰ ਦਾ ਚੈਨਲ ਆ ਜਿੰਦ ਚੀਮਾ ਦੇ ਬਾਈ, ਜਿੰਦ ਚੀਮਾ ਨਾਮ ਦਾ ਚੈਨਲ ਹੈ, ਤੁਸੀਂ ਜਗਜੀਤ ਦੇ ਹੋਰ ਇੰਪਲੀਮੈਂਟਸ ਬਾਰੇ ਜੋ ਵੀ ਜਾਣਕਾਰੀ ਵੱਧ ਤੋਂ ਵੱਧ ਜਾਣਕਾਰੀ ਵੀਰ ਤੋਂ ਵੀਰ ਵਾਲੇ ਚੈਨਲ ਤੋਂ ਲੈ ਸਕਦੇ ਹੋ। ਅਤੇ ਹੈਲਪਲਾਈਨ ਨੰਬਰ ਆ ਉਹ ਜਗਜੀਤ ਕੰਪਨੀ ਦਾ, ਉਹ ਤੁਸੀਂ ਜਗਜੀਤ ਦੇ ਹੈਲਪਲਾਈਨ ਨੰਬਰ 9100037000 ਯਾਨੀ ਕਿ 91037000 ਨੰਬਰ 'ਤੇ ਕਾਲ ਕਰਕੇ ਜਿਹੜੀ ਰੀਪਰ ਬਾਰੇ ਜਾਣਕਾਰੀ ਲੈ ਸਕਦੇ ਹੋ। ਅਤੇ ਜਗਜੀਤ ਦੇ ਇੰਪਲੀਮੈਂਟਸ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ, ਜਿੰਦ ਚੀਮਾ ਇਸ ਚੈਨਲ 'ਤੇ ਵਿਜ਼ਿਟ ਕਰਕੇ ਤੁਸੀਂ ਹੋਰ ਇੰਪਲੀਮੈਂਟਸ ਦੀਆਂ ਜੋ ਜਾਣਕਾਰੀ ਹੈ ਉਹ ਲੈ ਸਕਦੇ ਹੋ। ਸੋ ਵੀਰ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਰੀਪਰ ਹੈ ਜਿਹੜਾ ਉਹ ਕਿਸ ਤਰ੍ਹਾਂ ਲੱਗਿਆ। ਸੋ ਵੀਰੋ ਧੰਨਵਾਦ। ਧੰਨਵਾਦ। ਓਕੇ ਸਰ, ਥੈਂਕ ਯੂ ਜੀ।